ਲੰਘੇ ਦਿਨਾਂ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੰਡੀਗੜ੍ਹ ਸਥਿਤ ਸੁੱਖ ਵਿਲਾਸ ਦੇ ਉੱਤੇ ਸਵਾਲ ਚੁੱਕੇ ਗਏ ਅਤੇ ਟਿੱਪਣੀਆਂ ਕੀਤੀਆਂ ਗਈਆਂ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੁੱਖ ਵਿਲਾਸ ਹੋਟਲ ਦੇ ਮਾਮਲੇ ਵਿੱਚ ਕੀਤੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਕਿ ਉਹ ਸਾਬਤ ਕਰਨ ਕਿ ਮੈਟਰੋ ਇੱਕ ਗ੍ਰੀਨਿਜ਼ ਨੇ 8 ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਹੈ ਅਤੇ 108 ਕਰੋੜ ਰੁਪਏ ਦਾ ਲਾਹਾ ਲੈਣ ਦੀ ਗੱਲ ਤਾਂ ਦੂਰ ਦੀ ਹੈ। ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ਨੂੰ ਝੂਠਾ ਪਲੰਦਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਪਰਮਬੰਤ ਸਿੰਘ ਬੰਟੀ ਰੁਮਾਣਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਦੋਸ਼ ਸਿਰਫ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਅਤੇ ਵੱਖ ਵੱਖ ਮੌਕਿਆਂ ਉੱਤੇ ਵਰਤੀ ਅਖੌਤੀ ਸਿਆਣਪ ਨਾਲ ਵਰਤਣ ਨਾਲ ਸੰਬੰਧਿਤ ਹੈ। ਉਹਨਾਂ ਆਖਿਆ ਕਿ ਸੱਚਾਈ ਇਹ ਹੈ ਕਿ ਜਿਹੜੀ ਨੀਤੀ ਉੱਤੇ ਮੁੱਖ ਮੰਤਰੀ ਨੇ ਸਵਾਲ ਚੁੱਕੇ ਨੇ ਉਹ ਨੀਤੀ ਅੱਜ ਵੀ ਲਾਗੂ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਨੇ ਨਿਸ਼ਚਿਤ ਨੀਤੀ ਅਧੀਨ ਛੋਟਾਂ ਦਿੱਤੀਆਂ ਨੇ ਅਤੇ ਉਹਨਾਂ ਆਖਿਆ ਕਿ ਮੌਜੂਦਾ ਸਮੇਂ ਵਿੱਚ ਸੁੱਖ ਵਿਲਾਸ ਨਾਲੋਂ ਵੱਧ ਛੋਟਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਪਰਮਬੰਤ ਸਿੰਘ ਬੰਟੀ ਰਮਾਣਾ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਲਗਾਇਆ ਹਰ ਦੋਸ਼ ਝੂਠਾ ਅਤੇ ਜੇਕਰ ਉਹਨਾਂ ਨੇ ਮਾਮਲੇ ਵਿੱਚ ਮਾਫ਼ੀ ਨਾ ਮੰਗੀ ਤਾਂ ਫਿਰ ਉਹਨਾਂ ਨੂੰ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪਊ। ਬੰਟੀ ਰਮਾਣਾ ਨੇ ਆਖਿਆ ਕਿ ਸੁੱਖ ਵਿਲਾਸ ਦੇ ਖਿਲਾਫ਼ ਦੋਸ਼ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਅਧੀਨ ਲਗਾਏ ਗਏ ਨੇ। ਜਾਣਦੇ ਹਾਂ ਸੁੱਖ ਵਿਲਾਸ ਬਾਰੇ ਅਕਾਲੀ ਦਲ ਨੇ ਆਪਣਾ ਹੋਰ ਕੀ ਸਪਸ਼ਟੀਕਰਨ ਦਿੱਤਾ। ਐਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਏ ਪੁਆਇੰਟ ਨੋਟ ਕੀਤੀਆਂ, ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਐਲੀਗੇਸ਼ਨ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ, ਤਸੱਲੀ ਨਾਲ ਪੁੱਛ ਲਿਓ। ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਜਿਹੜੇ ਲੋਕ ਆਪਦੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛੁਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ। ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ 4 ਐਲੀਗੇਸ਼ਨ ਉਹਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਹੈ। ਪਹਿਲਾ ਐਲੀਗੇਸ਼ਨ ਕਿ ਇਹ PLPA ਦੀ ਜ਼ਮੀਨ ਸੀ, ਡੀਮਡ ਫੋਰੈਸਟ ਸੀ। ਇਹ PLPA ਦੀ ਜ਼ਮੀਨ ਦੇ CLU ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਅਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ CLUs ਚੇਂਜ ਕਰਕੇ, ਅਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਿਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ, ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ। ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ, ਉਹਦਾ ਹਵਾ 'ਚ ਹੀ ਗੱਲਾਂ ਕਰਦਾ ਸੀ ਨਾ, ਉਹਨੂੰ ਤਾਂ ਆਦਤ ਹੈ। ਤੁਹਾਡੇ ਸਾਹਮਣੇ ਰੱਖਦਿਆਂ ਇਹ ਵੀ ਦੱਸਦਿਆਂ ਇਹਦਾ ਕਿ ਜਿਹੜਾ PLPA ਦੀ ਜ਼ਮੀਨ ਹੁੰਦੀ ਹੈ ਉਹਦਾ CLU ਚੇਂਜ ਕਰਨ ਦਾ ਅਧਿਕਾਰ, ਅਥਾਰਿਟੀ, ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ। ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ, ਕੋਈ ਅਥਾਰਿਟੀ ਨਹੀਂ, ਕੋਈ ਪਾਵਰ ਨਹੀਂ, ਕੋਈ ਜੁਰਿਸਡਿਕਸ਼ਨ ਨਹੀਂ ਕਿ ਕਿਸੇ ਵੀ PLPA ਦੀ ਜ਼ਮੀਨ ਦੀ CLU ਚੇਂਜ ਕਰ ਸਕੇ। ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ, ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ। ਜਦੋਂ ਪੰਜਾਬ ਸਰਕਾਰ ਕੋਲੇ ਅਥਾਰਿਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਿੱਤੀ ਗਈ। ਹਰ ਇੱਕ CLU 2008 ਤੇ 2011 ਦੇ ਵਿੱਚ ਇਹ CLU ਹੋਏ ਹੈ, ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ
ਉਸ ਵੇਲੇ ਦੀ ਯੂਪੀਏ ਦੀ ਸਰਕਾਰ, ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਹੈ। ਮੈਂ ਭਗਵੰਤ ਮਾਨ ਨੂੰ ਕਹਿੰਦਾ ਜਾ ਕੇ ਪੁੱਛ ਲਾ, ਹੁਣ ਤਾਂ ਭਾਈਵਾਲੀ ਹੈ, ਅਲਾਇੰਸ ਹੈ, ਬੈਡ ਫੈਲੋਜ਼ ਹੋ ਹੁਣ ਤਾਂ ਤੁਸੀਂ। ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ। ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ, ਸਾਰੇ ਸੀਐਲਯੂਜ਼ ਉੱਥੋਂ ਹੋ ਕੇ ਆਏ। ਅੱਜ ਮੈਂ ਸੀਐਲਯੂਜ਼ ਦੀ ਕਾਪੀਆਂ ਲੈ ਕੇ ਆਇਆ। ਆ ਤਿੰਨ ਪੋਕਿਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਹਾ ਸੀ, ਤਿੰਨਾਂ ਦੇ ਸੀਐਲਯੂ। ਭਾਰਤ ਸਰਕਾਰ ਪਰਿਆਵਰਣ ਔਰ ਵਨ ਮੰਤਰਾਲਿਆ, ਆ ਪਹਿਲਾ ਸੀਐਲਯੂ ਜੀ, ਸ੍ਰੀ ਕ੍ਰਿਸ਼ਨ ਸਹਿਰਾਵਤ ਉਸ ਵੇਲੇ ਦਾ ਅਫਸਰ ਸੀ। 11 ਤਰੀਕ ਹੈ ਜੀ, 11/1/2012। ਆ ਇੱਕ ਸੀਐਲਯੂ ਪੋਕਿਟ ਏ ਤੇ ਪੋਕਿਟ ਬੀ ਦਾ, ਸੋਰੀ ਪੋਕਿਟ ਸੀ ਦਾ, ਪੋਕਿਟ ਏ ਤੇ ਪੋਕਿਟ ਬੀ ਦਾ ਸੀਐਲਯੂ ਹੈ ਜੀ। ਇਹ 13 ਅਕਤੂਬਰ 2008, ਤੇ ਇਹ ਵੀ ਕੋਈ ਮਿਸਟਰ ਸਭਰਵਾਲ ਉਸ ਵੇਲੇ ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ, ਨਾਰਦਰਨ ਰੀਜਨ ਆਫਿਸ, ਇਹ ਤੁਸੀਂ ਪੜ੍ਹ ਸਕਦੇ ਹੋ। ਇਹ ਸਾਰੇ ਦਾ ਸਾਰਾ ਜਿੰਨੀ ਜ਼ਮੀਨ 20.8 ਏਕੜ ਇਹ ਗਣਾਉਂਦਾ, ਬਿਲਕੁਲ 20.8 ਏਕੜ ਉਹਦਾ ਸੀਐਲਯੂ, ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ, ਨਿਊ ਦਿੱਲੀ, ਇਹ ਉੱਥੋਂ ਹੋ ਕੇ ਆਏ ਹੈ। ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਵਿੱਚ। ਸੋ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਤੇ, ਪੰਜਾਬ ਸਰਕਾਰ ਨੇ ਕਨਸੈਸ਼ਨਸ ਦਿੱਤੇ, ਇਹ ਵੀ ਬਿਲਕੁਲ ਝੂਠ, ਬਿਲਕੁਲ ਬੇਬੁਨਿਆਦ ਹੈ। ਮੈਂ ਚੈਲੰਜ ਕਰਦਾ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ। ਸ਼ੁਕਰੀਆ। ਦੂਜੀ ਗੱਲ, ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਹੈ ਈਕੋ ਟੂਰਿਜ਼ਮ ਦੀ, ਉਹ ਸਕ੍ਰੈਪ ਕਰ ਦਿੱਤੀ ਗਈ। ਆਹ ਪਾਲਿਸੀ ਦੀ ਕਾਪੀ ਹੈ, ਅੱਜ ਵੀ ਐਗਜ਼ਿਸਟ ਕਰ ਰਹੀ ਹੈ ਟਿਲ ਡੇਟ। ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ, ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ। ਐਂਡ ਇਹ ਪਾਲਿਸੀ, ਵੈਸੇ ਸਾਰੀ ਪਾਲਿਸੀ ਤੁਸੀਂ ਪੜ੍ਹ ਲਓ, ਪਾਲਿਸੀ ਦੇ ਅਖੀਰ ਦੇ ਵਿੱਚ ਕੀ ਹੈ ਲਿਖਿਆ, ਇਨ ਜਨਰਲ ਦ ਓਪਰੇਸ਼ਨਲ ਗਾਈਡਲਾਈਨਸ ਫੋਰ ਦਿਸ ਪਾਲਿਸੀ ਇਸ਼ੂਡ ਬਾਏ ਮਿਨਿਸਟਰੀ ਆਫ ਟੂਰਿਜ਼ਮ, ਗਵਰਨਮੈਂਟ ਆਫ ਇੰਡੀਆ ਵੁੱਡ ਬੀ ਫੋਲੋਡ। ਸੋ ਇਹ ਪਾਲਿਸੀ ਵੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ, ਟੂਰਿਜ਼ਮ ਮਿਨਿਸਟਰੀ ਦੀ ਪਾਲਿਸੀ ਹੈ, ਅੱਜ ਵੀ ਐਗਜ਼ਿਸਟ ਕਰਦੀ ਹੈ। ਸੋ ਜਿਹੜੀ ਭਗਵੰਤ ਮਾਨ ਕਹਿੰਦਾ ਕਿ ਕੈਬਨਿਟ ਨੇ ਇਹਨਾਂ ਨੂੰ ਪਰਮਿਸ਼ਨ ਦੇਣ ਤੋਂ ਬਾਅਦ ਸਕ੍ਰੈਪ ਕਰਤੀ, ਮੈਂ ਚੈਲੰਜ ਕਰਦਾ ਉਹਨੂੰ, ਉਸ ਕੈਬਨਿਟ ਦੇ ਮਿਨਟਸ ਹੈ ਜਿਹੜੇ ਉਹ ਜਨਤਕ ਕਰੇ। ਕੈਬਨਿਟ ਦੇ ਵਿੱਚ ਤਾਂ ਹਰ ਇੱਕ ਚੀਜ਼, ਹਰ ਇੱਕ ਲਫ਼ਜ਼ ਰਿਕਾਰਡ ਹੁੰਦਾ ਹੈ। ਪਬਲਿਕ ਕਰੇ ਕਿ ਕਿਹੜੀ ਪਾਲਿਸੀ ਉਸ ਵੇਲੇ ਇਸ ਸੀਐਲਯੂ ਤੋਂ ਬਾਅਦ ਸਕ੍ਰੈਪ ਕੀਤੀ ਗਈ।